ਪੰਜਾਬ ਵਿੱਚ ਚਿੱਟੇ ਦੇ ਨਸ਼ੇ ਨਾਲ ਨੌਜਵਾਨ ਪੀੜ੍ਹੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਚਿੱਟਾ ਪੰਜਾਬ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਹੈ। ਆਏ ਦਿਨ ਨਸ਼ੇ ਦੇ ਕਾਰਨ ਅਨੇਕਾਂ ਹੀ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ, ਜਿਸ ਦੇ ਚੱਲਦੇ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਵਿਖੇ ਪਹੁੰਚੇ ਕਿਸਾਨ ਖੁਸ਼ਹਾਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਚੇਅਰਮੈਨ ਡਾਕਟਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਧਰਮਸੋਤ ਨੂੰ ਮੰਗ ਪੱਤਰ ਦਿੱਤਾ। ਇਸ ਮੰਗ ਪੱਤਰ ਦਾ ਮੁੱਖ ਮਕਸਦ ਸੀ ਕਿ ਨਸ਼ੇ ਦੇ ਠੱਲ ਪਾਉਣ ਲਈ ਪੋਸ ਦੀ ਖੇਤੀ ਕਰਨ ਲਈ ਪੰਜਾਬ ਸਰਕਾਰ ਤੋਂ ਅਨੁਮਤੀ ਦੀ ਮੰਗ ਕੀਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕੈਮੀਕਲ ਟੀਕੇ ਤੇ ਦਵਾਈਆਂ ਦੇ ਨਸ਼ੇ ਕਾਰਨ ਅਨੇਕਾਂ ਹੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਤੇ ਜੇਕਰ ਸਰਕਾਰ ਪੋਸ ਦੀ ਖੇਤੀ ਕਰਨ ਦੀ ਮਨਜ਼ੂਰੀ ਦੇ ਦੇਵੇ ਤਾਂ ਨਸ਼ੇ ਨਾਲ ਇੱਕ ਵੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਵੇਗਾ। ਇਸ ਮੌਕੇ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮਾਮਲਾ ਵਿਧਾਨ ਸਭਾ ਦੇ ਨਾਲ ਸਮੂਹ ਪਾਰਟੀਆਂ ਸਾਹਮਣੇ ਰੱਖਿਆ ਜਾਵੇਗਾ ਤੇ ਸਰਬਪੱਖੀ ਰਾਏ ਤੇ ਕੋਈ ਨਤੀਜੇ ਸਾਹਮਣੇ ਆਉਣਗੇ। ਮੇਰੇ ਇਕੱਲੇ ਦਾ ਕੋਈ ਫੈਸਲਾ ਨਹੀਂ ਹੋ ਸਕਦਾ, ਸਰਬ ਪਾਰਟੀ ਮੀਟਿੰਗ ਵਿੱਚ ਇਹ ਮੁੱਦਾ ਰੱਖਿਆ ਜਾਵੇਗਾ। ਇਹ ਇਲਾਕੇ ਭਰ ਚੋਂ ਦੇਖੋ ਹਰ ਬੰਦੇ ਦੀ ਆਪਣੀ ਮੰਗ ਹੈ, ਇਹਨਾਂ ਦੀ ਆਪਣੀ ਮੰਗ ਹੈ। ਇਹਨਾਂ ਦੇ ਆ ਕੀ ਇਹ ਕਿਸਾਨ ਖੁਸ਼ਹਾਲ ਵੈਲਫੇਅਰ ਸੁਸਾਇਟੀ ਪੰਜਾਬ, ਇਹ ਕਹਿੰਦੇ ਸਾਨੂੰ ਖਸਖਸ ਦੀ ਜੋ ਫਸਲ ਆ ਬੀਜਣ ਦੀ ਇਜਾਜ਼ਤ ਦਿੱਤੀ ਜਾਵੇ। ਗੱਲ ਇਹ ਆ, ਮੇਰੇ ਤਾਂ ਵੱਸ ਦੀ ਗੱਲ ਨਹੀਂ, ਅੱਗੇ ਕੋਈ ਪਾਰਟੀ 'ਚ ਗੱਲ ਚੱਲੇਗੀ, ਜਦੋਂ ਸਰਬ ਪਾਰਟੀ ਮੀਟਿੰਗ ਹੋਏਗੀ ਤਾਂ ਇਹ ਦੱਸਿਆ ਜਾਏਗਾ। ਉੱਧਰ ਇਸ ਮੌਕੇ ਤੇ ਕਿਸਾਨ ਖੁਸ਼ਹਾਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਦੁਨੀਆਂ ਦੇ 52 ਦੇਸ਼ਾਂ ਅਤੇ ਭਾਰਤ ਦੇ 12 ਸੂਬਿਆਂ ਵਿੱਚ ਪੋਸ ਦੀ ਖੇਤੀ ਹੋ ਰਹੀ ਹੈ ਅਤੇ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ ਪੋਸ ਦੀ ਖੇਤੀ ਨੂੰ ਲਾਗੂ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਜੇਕਰ ਝੋਨੇ ਦੀ ਫਸਲ ਦੀ ਲਗਾਤਾਰ ਇਸੇ ਤਰ੍ਹਾਂ ਖੇਤੀ ਹੁੰਦੀ ਰਹੀ ਤਾਂ 2030 ਵਿੱਚ ਪਾਣੀ ਦਾ ਪੱਧਰ ਬਿਲਕੁਲ ਨੀਚੇ ਡਿੱਗ ਜਾਵੇਗਾ ਅਤੇ ਹੱਥ ਧੋਣ ਲਈ ਵੀ ਪਾਣੀ ਨਹੀਂ ਬਚੇਗਾ। ਸਰ, ਅਸੀਂ ਮੰਤਰੀ ਸਾਹਿਬ ਨੂੰ ਪੰਜਾਬ ਦੇ ਵਿੱਚ ਜਿਵੇਂ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਵਾ, ਅਸੀਂ ਇਹ ਕਹਿਣਾ ਵੀ ਪੰਜਾਬ ਦੇ ਵਿੱਚ ਜਿਵੇਂ ਦੁਨੀਆਂ ਦੇ 52 ਦੇਸ਼ਾਂ ਦੇ ਵਿੱਚ ਅਤੇ ਭਾਰਤ ਦੇ 12 ਸੂਬਿਆਂ ਦੇ ਵਿੱਚ ਡੋਡਿਆਂ 'ਤੇ ਖਸਖਸ ਦੀ ਖੇਤੀ ਲਾਗੂ ਕਰਵਾਈ ਜਾਂਦੀ ਹੈ, ਸਾਡੇ ਪੰਜਾਬ ਵਿੱਚ ਵੀ ਕਰਵਾਈ ਜਾਵੇ। ਕਿਉਂਕਿ ਜਿਸ ਹਿਸਾਬ ਨਾਲ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਵਾ, ਪਾਣੀ ਦਾ ਲੈਵਲ ਥੱਲੇ ਜਾ ਰਿਹਾ, 1 ਕਿਲੋ ਜੀਰੀ ਪੈਦਾ ਕਰਨ ਨੂੰ 4,500 ਤੋਂ 5,500 ਲੀਟਰ ਪਾਣੀ ਲੱਗਦਾ। ਜਿਵੇਂ ਸਾਡੇ ਮਾਹਰ ਦੱਸਦੇ ਨੇ ਵੀ ਜੀਰੀ ਲੱਗਦੀ ਰਹੀ ਤਾਂ 2030 ਤੋਂ ਬਾਅਦ ਸਾਨੂੰ ਪੰਜਾਬੀਆਂ ਨੂੰ ਪਖਾਨੇ ਵਾਲੇ ਹੱਥ ਧੋਣ ਨੂੰ ਵੀ ਪਾਣੀ ਨਹੀਂ ਬਚਣਾ ਹੈਗਾ। ਤਾਂ ਕਰਕੇ ਅਸੀਂ ਬਾਈ ਜੀ ਕਹਿੰਦੇ ਹਾਂ ਵੀ ਜੇ ਇੱਥੇ ਪੰਜਾਬ 'ਚ ਖਸਖਸ ਦੀ ਖੇਤੀ ਲਾਗੂ ਹੋਣੀ ਚਾਹੀਦੀ ਹੈ, ਇਹਦੇ ਨਾਲ ਜਿਹੜੇ ਮੁੰਡੇ ਮਾਰੂ ਨਸ਼ਿਆਂ ਨਾਲ ਮਰ ਰਹੇ ਨੇ, ਕਮ ਸੇ ਕਮ ਡੋਡਿਆਂ ਨਾਲ ਕੋਈ ਮਰਦਾ ਤਾਂ ਨਹੀਂ ਹੈਗਾ, ਕਮ ਸੇ ਕਮ ਚਿੱਟੇ ਨਾਲ ਸਾਡਾ ਜੋ ਪੰਜਾਬ ਦਾ ਬੀਜ ਨਾਸ਼ ਹੋ ਰਿਹਾ ਮਾਰੂ ਨਸ਼ਿਆਂ ਦੇ ਨਾਲ, ਸਾਡਾ ਬੀਜ ਨਾਸ਼ ਤਾਂ ਨਹੀਂ ਹੋਊਗਾ। ਤਾਂ ਕਰਕੇ ਅਸੀਂ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵਾ ਵੀ ਜਦ ਹੁਣ ਕੈਬਨਿਟ ਦੇ ਵਿੱਚ ਸਰਬ ਪਾਰਟੀ ਮੀਟਿੰਗ ਹੋਊਗੀ ਜਾਂ ਅਸੀਂ ਆਪਣੀ ਸਰਕਾਰ ਦੇ ਵਿੱਚ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਅਤੇ ਇਸ ਸੰਬੰਧ 'ਚ ਆਏ ਸਾਰੇ ਇਕੱਠੇ ਹੋ ਗਏ ਜੀ, ਬਚਾਲੋ ਪੰਜਾਬ ਨੂੰ, ਇਸ ਸਭ ਕੋਲ ਮੰਗ ਲੈ ਕੇ ਆਏ ਸੀ ਅੱਜ ਅਸੀਂ। ਹਾਂਜੀ, ਮੰਗ ਇਹੀ ਹੈ ਵੀ ਖਸਖਸ ਡੋਡੇ ਦੀ ਖੇਤੀ ਜਿੰਨੀ ਜਲਦੀ ਹੋ ਸਕਦੀ ਪੰਜਾਬ 'ਚ ਲਾਗੂ ਕੀਤਾ ਜਾਵੇ। ਜਵਾਨੀ ਦਿਨੋਂ ਦਿਨ ਸਾਡੀ ਖਤਮ ਹੋ ਰਹੀ ਹੈ, ਬਸ ਜਿੰਨਾ ਚਿਰ ਇਹੀ ਲਾਸਟ ਹੱਲ ਹੈ, ਜੇ ਹੋ ਜਾਵੇ ਤਾਂ ਬਸ ਬਚਾ ਹੀ ਅੱਜ ਸਾਰੇ ਪਾਸੇ ਵੇਖ ਲਿਆ ਸੀ ਘੁੰਮ ਕੇ ਜੀ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਜਿਵੇਂ ਮੰਤਰੀ ਸਾਹਿਬ ਨੇ ਕੁਛ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਸੀਗਾ ਵੀ ਇਹਦਾ ਬਦਲ ਚਾਹੀਦਾ, ਅਸੀਂ ਉਸੇ ਚੀਜ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਮੰਤਰੀ ਸਾਹਿਬ ਨੂੰ ਇਹ ਪੱਤਰ ਦਿੱਤਾ। ਸਾਨੂੰ ਇੱਥੋਂ ਇਹ ਲੱਗਿਆ ਕਿ ਹਾਂ ਜੀ ਵੀ ਇਹ ਗੱਲ ਸੁਣੀ ਜਾ ਸਕਦੀ ਹੈ ਸਾਡੀ। ਅਸੀਂ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਇਹ ਮੈਂ ਕੈਬਨਿਟ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਮੈਂ ਤੁਹਾਡੀ ਗੱਲ ਇਹ ਜ਼ਰੂਰ ਚੱਕ ਸਕਦਾ, ਮਤਲਬ ਇਕੱਲਾ ਮੈਂ ਇਹਦੇ ਵਿੱਚ ਕੁਛ ਨਹੀਂ ਕਰ ਸਕਦਾ। ਅਸੀਂ ਖਸਖਸ ਦੀ ਖੇਤੀ ਦੀ ਮੰਗ ਕਰਦੇ ਹਾਂ ਜੀ, ਉਹਦੇ ਨਾਲ ਕਿਸਾਨੀ ਵੀ ਪਾਣੀ ਵੀ ਬਚੂਗਾ, ਖਸਖਸ ਅਫੀਮ ਬਣਦੀ ਹੈ ਜੀ, ਉਹ ਜੋ ਉੱਕੀ ਬਣਦੀ ਆ, ਖਸਖਸ ਪੈਦਾ ਹੁੰਦੀ ਆ ਜਿਹਦੇ ਨਾਲ ਜਿਹਦੀਆਂ ਪੰਜੀਰੀਆਂ ਬਣਾਉਂਦੇ ਨੇ ਲੋਕ, ਹੋਰ ਦਵਾਈਆਂ 'ਚ ਪੈਂਦੀ ਆ। ਨਾਭਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।